ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਤੇ ਭਾਜਪਾ ਦੀ ਮਹਿਲਾ ਵਿਧਾਇਕ ਸਾਧਨਾ ਸਿੰਘ ਨੇ ਇਤਰਾਜ਼ਯੋਗ ਬਿਆਨ ਦਿੱਤਾ ਹੈ। ਗੈਸਟ ਹਾਊਸ ਕਾਂਡ ਦੀ ਗੱਲ ਕਰਦੇ ਹੋਏ ਸਾਧਨਾ ਸਿੰਘ ਨੇ ਕਿਹਾ ਕਿ ਜਿਸ ਮਹਿਲਾ ਨਾਲ ਅਜਿਹੀ ਘਟਨਾ ਹੋ ਜਾਂਦੀ ਹੈ ਉਹ ਕਲੰਕਿਤ ਮੰਨੀ ਜਾਂਦੀ ਹੈ। ਮਹਿਲਾ ਵਿਧਾਇਕ ਜਦੋਂ ਇਹ ਬਿਆਨ ਦੇ ਰਹੀ ਸੀ ਉਸ ਸਮੇਂ ਮੰਚ ਤੇ ਪਾਰਟੀ ਦੇ ਪ੍ਰਦੇਸ਼ ਮਹਾਂਮੰਤਰੀ ਪੰਕਜ ਸਿੰਘ ਵੀ ਮੌਜੂਦ ਸਨ। ਸਾਧਨਾ ਸਿੰਘ ਚੰਦੋਲੀ ਦੇ ਮੁਗਲ ਸਰਾਏ ਤੋਂ ਵਿਧਾਇਕ ਹੈ। ਚੰਦੋਲੀ ਜਨਪਦ ਦੇ ਬਬੂਰੀ ਦੇ ਪਰਨਪੁਰਾ ਪਿੰਡ ਵਿੱਚ ਕਿਸਾਨ ਕੁੰਭ ਮੁਹਿੰਮ ਪ੍ਰੋਗਰਾਮ ਵਿੱਚ ਸਾਧਨਾ ਸਿੰਘ ਨੇ ਕਿਹਾ ਕਿ ਜਦੋਂ ਦ੍ਰੋਪਦੀ ਦਾ ਚੀਰ ਹਰਣ ਹੋਇਆ ਤਾਂ ਉਸ ਤੋਂ ਬਾਅਦ ਮਹਾਭਾਰਤ ਹੋਈ, ਪਰ ਸੱਪਾਂ ਨੇ ਮਾਇਆਵਤੀ ਦਾ ਚੀਰ ਹਰਣ ਕੀਤਾ। ਉਸਦੇ ਬਾਵਜੂਦ ਵੀ ਸੱਤਾ ਦੇ ਲਾਲਚ ਵਿੱਚ ਆ ਕੇ ਉਹਨਾਂ ਨੇ ਸੱਪਾਂ ਨਾਲ ਗਠਜੋੜ ਕਰਕੇ ਔਰਤਾਂ ਤੇ ਦਾਗ ਲਗਾਇਆ। ਸਾਧਨਾ ਸਿੰਘ ਇੱਥੇ ਹੀ ਨਹੀਂ ਰੁਕੀ, ਉਹਨਾਂ ਨੇ ਬਸਪਾ ਸੁਪਰੀਮੋ ਬਾਰੇ ਇਤਰਾਜ਼ਯੋਗ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਨਾ ਨਰ ਹਨ ਨਾ ਹੀ ਨਾਰੀ। महिला में लगती है न जेंट्स में लगती है, इनको तो अपना सम्मान ही नहीं समझ में आता। जिस महिला का इतना बड़ा चीर हरण हुआ, एक चीर हरण हुआ द्रौपदी का, तो उसने कौरव पांडव से प्रतिज्ञा लिया कि जब तक दुशासन हमारा जैसे बाल खींच के लाया है, जब तक उसके कंधे का लौ हमें नहीं मिलेगा, हम ये अपमान ये बाल को बांधेंगे नहीं, धुलेंगे नहीं। महिला एक स्वाभिमानी महिला थी, आज की महिला सब कुछ लूट गया, उसके बाद भी कुर्सी छड़ पाने के लिए अपने सारे सम्मान को बेच दिया। ऐसी महिला नाम लेने वाली मायावती जी का हम इस कार्यक्रम के माध्यम से तिरस्कार करते हैं। तो महिला नारी जात पे कलंक है, जिस महिला का महिला का जब जिस दिन चीर हरण हो जा, जिस दिन महिला